مقبول فرما وانی مجلس سادات دائی فارش ماتم وچھایا ساری نوکری تواریا ٹورایا امام زمانہ دے دربار منظور تے مقبول فرما بحق محمد و آل محمد جتاں جتاں حبدار اہل بیت وسدن ہمیشہ بادشاد رہے یہ آستان ہمیشہ بادشاد رہے سادات دی نگری ہمیشہ بادشاد رہے صدقہ محمد و آل محمد دا میرا مالک میرا خالق ساری دعا منظور تے مقبول فرماؤ امام زمانہ دے ظہور فرماؤ ظلمت کو دور فرما دنیا نو پر نور فرما اللہم صلی علی محمد و آل محمد نعرہ تکبیر خالق نام بلند باواز بلند نعرہ تکبیر نعرہ رسالت نعرہ رسالت نعرہ حیدری وال نعرہ حیدری باواز بلند صلوات میں مولا داد نمدہ خان جتنی دیر نوکری پیش کرا تو وجہ دن آسمات باواز بلند صلوات پڑھو اللہم صلی اللہ اعوذ باللہ من الشیطان الرجیم بسم اللہ الرحمن الرحیم صلوات روائے پیش خدمت محمد کے گھرانے سے وفاداری ضروری ہے توجہ سے محمد کے گھرانے سے وفاداری ضروری ہے اگر جنت میں جانا ہے تو عزاداری ضروری ہے اگر جنت میں جانا ہے تو عزاداری ضروری ہے فقط کعبے کے چکر کاٹنے سے حج نہیں ہوتا فقط کعبے کے چکر کاٹنے سے حج نہیں ہوتا وہاں پر بھی تین شیطانوں پہ سنگ باری ضروری ہے بسم اللہ تو صدف کو دیکھتا ہے گوہر کو چھوڑ کر تو صدف کو دیکھتا ہے گوہر کو چھوڑ کر تیری نظر ہے جام پہ کوثر کو چھوڑ کر کر صد ہزار حج کر صد ہزار حج لیکن تو یاد رکھ تیرے ہاتھ کچھ بھی نہ آئے گا حیدر کو چھوڑ کر بسم اللہ حق دی حق والی گال سن کے تو جلدی ناراض تھیندہ کیوں ہیں حق دی حق والی گال سن کے تو جلدی ناراض تھیندہ کیوں ہیں او میڈے مولا دی دشمنی میں تو اللہ جانے جیندہ کیوں ہیں میڈے مولا دی دشمنی میں تو اللہ جانے جیندہ کیوں نے علی دے شیعہ نے پیر مارے جناب اسماعیل نبی اللہ دا جناب ابراہیم ایک قرآن دی آیت ہے جناب ابراہیم شیعہ علی دے شیعہ نے پیر مارے آب زمزم دا چشمہ وہ پہ علی دے شیعہ نے پیر مارے آب زمزم دا چشمہ وہ پہ تو شیعہ دی ہر شاہ حرام آدھائیں والا آب زمزم تو پیدا کیوں حق دی حق والی گال سن کے تو جلدی ناراض تھیندہ کیوں ہیں میڈے مولا دی دشمنی میں تو اللہ جانے جیندہ کیوں ہیں علی دے شیعہ نے پیر مارے آب زمزم دا چشمہ وہ پہ تو شیعہ دی ہر شاہ حرام آدھائیں وال آب زمزم تو پی نعرہ علی دے نام دا بات سنگ قصیدہ پیش خدمت سلوات پڑھوا خدیدات شان حسین دا قصیدہ نہرات دی حقیقت نہرات چل دی پئیے نہرات دی حقیقت نہرات چل دی پئیے
ਕਹਿੰਦਾ ਜ਼ਵਾਰ ਮੂੰਹ ਏ ਕਿ ਬਾਤ ਚਲਦੀ ਪਈ ਹੈ। ਸਜਦਾ ਅਖੀਰੀ ਬਣ ਗਏ, ਸੈਯਦ ਸ਼ਹਦਾ ਦਾ ਆਖਰੀ ਸਜਦਾ, ਸਜਦਾ ਅਖੀਰੀ ਬਣ ਗਏ, ਜ਼ਾਮਿਨ ਸਲਾਮਤੀ ਦਾ ਕਰਬਲ ਦੇ ਆਸਰੇ ਤੇ ਕਾਇਨਾਤ ਚਲਦੀ ਪਈ। ਐ ਦੋਸਤ ਜ਼ਿੰਦਗੀ ਹੈ ਗਿਜ਼ਾ ਨਾਲ ਜ਼ਿੰਦਗੀ, ਐ ਦੋਸਤ ਜ਼ਿੰਦਗੀ ਹੈ ਗਿਜ਼ਾ ਨਾਲ ਜ਼ਿੰਦਗੀ, ਜਿਤਨਾ ਤੇਰਾ ਮੁਕੱਦਰ ਹੈ ਨਸੀਬ ਹੈ ਜ਼ਰੂਰ ਖਾ, ਜਿਤਨਾ ਤੇਰਾ ਮੁਕੱਦਰ ਹੈ ਨਸੀਬ ਹੈ ਜ਼ਰੂਰ ਖਾ। ਸ਼ਰਤ ਇਹ ਹੈ ਜੇਕਰ ਹੋਵੀ ਸ਼ਊਰ, ਸ਼ਰਾਬਨ ਤਹੂਰ ਦਾ ਇੱਕ ਵਾਰ ਤੂੰ ਹੁਸੈਨ ਦਾ ਲੰਗਰ ਜ਼ਰੂਰ ਖਾ। ਬਿਸਮਿਲ੍ਲਾ ਸਲਵਾਤ ਪੜੋ ਆਖਰ ਦੀ ਰਾਤ, ਕਿਵੇਂ ਫਿਰ ਵੀ ਸਲਵਾਤ ਪੜੋ ਆਖਰ ਦੀ ਰਾਤ। ਐ ਦੋਸਤ ਜ਼ਿੰਦਗੀ ਹੈ ਗਿਜ਼ਾ ਨਾਲ ਜ਼ਿੰਦਗੀ, ਜਿਤਨਾ ਤੇਰਾ ਮੁਕੱਦਰ ਹੈ ਨਸੀਬ ਹੈ ਜ਼ਰੂਰ ਖਾ। ਸ਼ਰਤ ਇਹ ਜੇਕਰ ਹੋਵੀ ਸ਼ਊਰ, ਸ਼ਰਾਬਨ ਤਹੂਰ ਦਾ ਇੱਕ ਵਾਰ ਤੂੰ ਹੁਸੈਨ ਦਾ ਲੰਗਰ ਜ਼ਰੂਰ ਖਾ। ਸ਼ਾਨ ਹੁਸੈਨ ਬੋਲਤਾ ਕੁਰਾਨ ਹੁਸੈਨ ਇਬਨੇ, ਮਾਨਾ ਮਾਨਾ ਕੇ ਮੁਸਲਮਾਨ ਕੀ ਪਹਿਚਾਨ ਹੈ ਕਲਮਾ, ਲੇਕਿਨ ਕਲਮੇ ਕੀ ਪਹਿਚਾਨ ਹੁਸੈਨ ਇਬਨੇ। ਅੱਲਾ ਵਖਰਾ ਬਣਾਇਆ ਹੈ ਰੁਤਬਾ ਹੁਸੈਨ ਦਾ, ਅੱਲਾ ਵਖਰਾ ਬਣਾਇਆ ਹੈ ਰੁਤਬਾ ਹੁਸੈਨ, ਸੁਭਾਨ ਅੱਲਾਹ ਮੌਲਾਬਾਦ ਰੱਖ। ਸਾਰੀ ਦੁਨੀਆ ਅੱਲਾ ਦੀ ਅੱਲਾ ਹੁਸੈਨ ਦਾ, ਸਾਰੀ ਦੁਨੀਆ ਅੱਲਾ ਦੀ ਅੱਲਾ ਹੁਸੈਨ ਦਾ, ਸਾਨੀ ਮਿਲਦਾ ਨਾ ਕੋਈ ਜ਼ਹਰਾ ਦੇ ਛਾਨ ਦਾ, ਸਾਨੀ ਮਿਲਦਾ ਨਾ ਕੋਈ ਤਸ਼ਰੀਹ ਦੀ ਲੋੜ ਕੋਈ ਨੀ, ਮਿਸਰੇ ਸੁਣਦੇ ਆਓ। ਏ ਲਜਪਾਲ ਕਰੀਮ ਤੇ ਸੋਹਣਾ ਸੋਹਣਿਆ ਦਾ ਸੁਲਤਾਨ, ਏ ਲਜਪਾਲ ਕਰੀਮ ਤੇ ਸੋਹਣਾ ਸੋਹਣਿਆ ਦਾ ਸੁਲਤਾਨ, ਏ ਲਜਪਾਲ ਕਰੀਮ ਤੇ ਸੋਹਣਾ ਸੋਹਣਿਆ ਦਾ ਸੁਲਤਾਨ। ਤ੍ਰਸ਼ਾਬਾਨ ਕੁਲੇਵੇਂ ਆਇਆ ਤ੍ਰਸ਼ਾਬਾਨ ਕੁਲੇਵੇਂ ਆਇਆ ਜੀ ਸੁਭਾਨ ਅੱਲਾ ਮਾਲਾਬਾਦ। ਗੁਲਾਬ ਗੁਲਸ਼ਨ ਦੀ ਜ਼ੈਨ ਬਣਦਾ, ਦਰੂਦ ਰਾਹਤ ਤੇ ਚੈਨ ਬਣਦਾ, ਨਬੀ ਦੀ ਸੀਰਤ ਅਲੀ ਦੀ ਸੂਰਤ, ਨਬੀ ਦੀ ਸੀਰਤ ਅਲੀ ਦੀ ਸੂਰਤ, ਜੇ ਮਿਕਸ ਥੀ ਵੇ ਹੁਸੈਨ ਬਣਦਾ। ਅੱਲਾ ਵਖਰਾ ਬਣਾਇਆ ਹੈ ਰੁਤਬਾ ਹੁਸੈਨ ਦਾ, ਅੱਲਾ ਵਖਰਾ ਬਣਾਇਆ ਹੈ ਰੁਤਬਾ ਹੁਸੈਨ ਦਾ, ਅੱਲਾ ਵਖਰਾ ਬਣਾਇਆ ਹੈ ਹੁਸੈਨ ਦਾ, ਸਨ ਵਾਬ ਕੋਈ ਨਹੀਂ ਉਹਦਾ।
ਕੋਈ ਨਹੀਂ ਹੁਸੈਨ ਜਿੰਦਾ ਅਜ਼ੀਮ ਪੁੱਤਰੇ ਉਹਦੇ ਮਾਂ ਪਿਓ ਦਾ ਜਵਾਬ ਕੋਈ ਨਹੀਂ ਅੱਲਾ ਵਖਰਾ ਬਣਾਇਆ ਹੈ ਰੁਤਬਾ ਹੁਸੈਨ ਦਾ ਅੱਲਾ ਵਖਰਾ ਜੇ ਕਰ ਹੈ ਕੁਰਾਨ ਮੁਹੰਮਦ ਇਹ ਉਂਦੀ ਤਫਸੀਰ ਪਾਕ ਹੁਸੈਨ ਕਰ ਹੈ ਕੁਰਾਨ ਮੁਹੰਮਦ ਇਹ ਉਂਦੀ ਤਫਸੀਰ ਜੇ ਕਰ ਹੈ ਕੁਰਾਨ ਮੁਹੰਮਦ ਇਹ ਉਂਦੀ ਤਫਸੀਰ ਜੇ ਤੈ ਰੱਬ ਰਹਿਮਾਨ ਹੈ ਬਾਕੀ ਜੇ ਤੈ ਰੱਬ ਰਹਿਮਾਨ ਹੈ ਬਾਕੀ ਉਹ ਤਾਈ ਸ਼ਬੀਰ ਅੱਲਾ ਵਖਰਾ ਸੁਭਾਨ ਅੱਲਾ ਮਾਲਾਬਾਦ ਰੱਖੇ ਤਖਲੀਕ ਕਿਰਦਗਾਰ ਕੋ ਦੇਖਾ ਹੈ ਬਿਸਮਿਲ੍ਲਾ ਤਕਬੀਰ ਅੱਲਾ ਤਖਲੀਕ ਕਿਰਦਗਾਰ ਕੋ ਦੇਖਾ ਹੈ ਬਾਰ ਬਾਰ ਸ਼ਬੀਰ ਇੰਤਹਾ ਹੈ ਖੁਦਾ ਕੇ ਕਮਾਲ ਕੀ ਸ਼ਬੀਰ ਇੰਤਹਾ ਹੈ ਖੁਦਾ ਕੇ ਕਮਾਲ ਕੀ ਹੈ ਜਬ ਤੱਕ ਖੁਦਾ ਕਾ ਮੁਲਕ ਰਹੇਗੀ ਹੁਸੈਨੀਅਤ ਕਿਤਨੀ ਦਰਾਜ ਉਮਰ ਹੈ ਜ਼ਹਰਾ ਕੇ ਲਹ ਅੱਲਾ ਵਖਰਾ ਬਣਾਇਆ ਹੈ ਸ਼ਾਬਾਨ ਚਾਰ ਹਿਜਰੀ ਸਰਕਾਰ ਹਜ਼ਰਤ ਇਮਾਮ ਹੁਸੈਨ ਦੁਨੀਆ ਤੇ ਆਏ ਸੁਭਾਨ ਅੱਲਾਹ ਤੱਕ ਮੈਂ ਹੁਸੈਨ ਹੀ ਇਹ ਵਾ ਸਮਿਆ ਪਿਆ ਕਰੇ ਨਾ ਤ੍ਰੈ ਸ਼ਾਬਾਨ ਕੋ ਨਾਜ਼ਿਲ ਹੋਇਆ ਦੀਨ ਸਲਾਮ ਦਾ ਕਾਜੇ ਤ੍ਰੈ ਸ਼ਾਬਾਨ ਕੋ ਨਾਜ਼ਿਲ ਹੋਇਆ ਦੀਨ ਸਲਾਮ ਦਾ ਕਾਜੇ ਤ੍ਰੈ ਸ਼ਾਬਾਨ ਕੋ ਨਾਜ਼ਿਲ ਹੋਇਆ ਦੀਨ ਸਲਾਮ ਦਾ ਕਾਜੇ ਇਹਦੇ ਜਸ਼ਨ ਚ ਲੋਕੇ ਥੀਂਦੇ ਇਹਦੇ ਜਸ਼ਨ ਚ ਲੋਕੇ ਥੀਂਦੇ ਹਰ ਮੂਮਿਨ ਦਾ ਹਜੇ ਅੱਲਾ ਵਖਰਾ ਭੇਜੀ ਮੁਬਾਰਕ ਰੱਬ ਨੇ ਖੁਦ ਆਪਣੇ ਨਬੀ ਦੀ ਸ਼ਾਨ ਕੋ ਮਹਿਫੂਜ਼ ਰੱਖਣਾ ਬਦ ਨਜ਼ਰ ਤੂੰ ਨਾਤਕੇ ਕੁਰਾਨ ਕੋ ਹੁਸੈਨ ਦੀ ਆਮਦ ਤੇ ਕੀਤਾ ਹਾ ਫਲਕਾਂ ਤੇ ਇੰਤਜ਼ਾਮ ਇਹ ਜੇ ਇਮਾਮ ਬਣਾ ਜਿਹਦਾ ਅੱਲਾ ਇੰਤਜ਼ਾਮ ਕਰੇ ਇਹ ਜੇ ਇਮਾਮ ਨਾ ਬਣਾ ਜਿਹੜੇ ਬੁੱਧ ਹਲ ਨੇ ਜੁਮਾ ਬਣਾ ਹੁਸੈਨ ਦੀ ਆਮਦ ਤੇ ਹੁਸੈਨ ਦੀ ਆਮਦ ਤੇ ਕੀਤਾ ਹਾ ਫਲਕਾਂ ਤੇ ਇੰਤਜ਼ਾਮ ਅਰਸ਼ ਤੇ ਜਲਸਾ ਹੁੰਦਾ ਹੈ ਹਰ ਸਾਲ ਤ੍ਰੈ ਸ਼ਾਬਾਨ ਕੋ ਅੱਲਾ ਵਖਰਾ ਬਣਾਇਆ ਹੈ ਜਨਾਬ ਜਬਰੀਲ ਆ ਕੇ ਮੁਬਾਰਕਾਂ ਦਿੱਤੀ ਜਨਾਬ ਰਿਸਾਲਤ ਮਾ ਬੈਠਾ ਜਨਾਬ ਜਬਰੀਲ ਦੇ ਕੋਲ ਇੱਕ ਕਾਸਾ ਹੈ ਪਾਣੀ ਦਾ ਜਨਾਬ ਰਿਸਾਲਤ ਮਾ ਜਾਣਦੇ ਪੁੱਛਦੇ ਜਬਰਾਈ ਕਿਆ ਇਹ ਅਰਸ਼ ਕਾਸਾ ਪਾਣੀ ਦਾ ਮੇਰੇ ਲਾਲ ਹੁਸੈਨ ਦੇ ਗੁਸਲ ਵਾਸਤੇ ਕਹਿੰਦਾ ਹੈ ਜਨਾਬ ਜਬਰੀਲ ਅਦਬ ਦਾ ਸਰ ਝੁਕਾ ਕੇ ਅਰਜ਼ ਕਰਦੇ ਨਹੀਂ ਯਾ ਰਸੂਲ ਅੱਲਾ ਹਮ ਕਹਾਂ ਔਰ ਮਾਲਿਕ ਤਤਹੀਰ ਕਾ ਗੁਸਲ ਕਹਾਂ ਸ਼ਾਨ ਹੁਸੈਨ ਹਮ ਕਹਾਂ ਹਮ ਕਹਾਂ ਔਰ ਮਾਲਿਕ ਤਤਹੀਰ ਕਾ ਗੁਸਲ ਕਹਾਂ ਹਮ ਤੋ ਆਏ ਹੈ ਨਿਸਬਤ ਸ਼ਬੀਰ ਕੋ ਪਾਣੇ ਕੇ ਲੀਏ ਪਾਣੀ ਮਸ ਕਰਕੇ ਹੁਸੈਨ ਇਬਨ ਅਲੀ ਕੇ ਤਨ ਸੇ ਹਮ ਤੋ ਲੈ ਜਾਏਂਗੇ ਕੌਸਰ ਮੇ ਮਿਲਾਨੇ ਕੇ ਅੱਲਾ ਵਖਰਾ ਬਣਾਇਆ ਹੈ ਰੁਤਬਾ ਹੁਸੈਨ ਦਾ ਅੱਲਾ ਵਖਰਾ ਬਣਾਇਆ ਹੈ ਰੁਤਬਾ ਹੁਸੈਨ ਦਾ ਅੱਲਾ ਵਖਰਾ ਬਣਾਇਆ ਹੈ ਤੁਹਾਡਾ ਕਿਆ ਮਕਾਮ ਹੈ ਅੱਛਾ ਹਮ ਕਹਾਂ ਔਰ ਮਾਲਿਕ ਤਤਹੀਰ ਕਾ ਗੁਸਲ ਕਹਾਂ ਹਮ ਤੋ ਆਏ ਹੈ ਨਿਸਬਤ ਸ਼ਬੀਰ ਕੋ ਪਾਣੇ ਕੇ ਲੀਏ
پانی مس کر کے حسین ابن علی کے تن سے ہم تو لے جائیں گے کوثر میں ملا اللہ وکھرا بنایا ہے رتبہ حسین دا اللہ وکھرا بنایا ہے رتبہ حسین دا اللہ وکھرا تہاڈا کیا مقام ہے تہاڈا دساں رسول پاک کی رحمت تلاش کرتی ہے رسول پاک کی رحمت تلاش کرتی ہے انہیں نبی کی محبت تلاش کرتی ہے جہان والوں کو جہان والوں کو ہے جنت کی تلاش حسین والوں کو جنت تلاش اللہ وکھرا بنایا ہے رتبہ حسین دا اللہ وکھرا سلوات پڑھو آقا حسین دی ذات تے اللہ اللہ اکبر نعرہ رسالت میرا آقا حسین بادشاہ نہ ہوندا اسلام نہ ہوئے نماز نہ ہویا روزہ نہ ہویا حج نہ ہویا ایں واسطے میں پیا کریں نہ دین سلامت مشکل وچ شبیر نے کیتا سایا دین سلامت مشکل وچ شبیر نے کیتا سایا توجہ سلامت مشکل وچ شبیر نے کیتا سایا پاک بطول دے پتر نماز دا پاک بطول دے پتر نماز دا ان میں یاد ودھایا اللہ ویکھن وی آیا سجدہ حسین سبحان اللہ مولا باز رکھ صلوات پڑھو پاک حسین بادشاہ بغض حسین درک کے کفر دی پوڑی نہ چڑھیا کر بغض حسین درک کے کفر دی پوڑی نہ چڑھیا کر بغض حسین درک کے کفر دی پوڑی نہ چڑھیا کر بغض حسین درک کے کفر دی پوڑی نہ چڑھیا کر پاک حسین دے ذل جنا تو پاک حسین دے ذل جنا تو سرور بندا ریا ہے گھوڑا حسین دا سبحان اللہ سرور بندا ریا ہے گھوڑا حسین دا سرور بندا ریا ہے گھوڑا حسین دا اللہ وکھرا بنایا ہے رتبہ مکدی گل مکاونا چاہندا ہن نہیں بس مزید مکدی گل مکاونا چاہندا ہن نہیں بس مزید وجو مکدی گل مکاونا چاہندا ہن نہیں بس مزید ایندا دشمن ایندا منکر ایندا دشمن ایندا منکر ہوندا صرف یزید اللہ وکھرا بسم اللہ سلوات پڑھوا کدی ذات تے ہاں ہن پورا ایک فرمائشی بسرا پڑھنا بیال پیا کے نا لوگ اجڑے زمانے کو بسایا ہے کلندر نے لوگ اجڑے زمانے کو بسایا ہے کلندر نے لوگ اجڑے زمانے کلندر نے
اللہ پوچھیا شمس کلندر توں میں کو ڈست کو کیویں پر لگ گئے سرکار پرواز کریں دیا توجہ پوچھیا شمس کلندر توں میں کو ڈست کو کیویں پر لگ گئے ایس اندھیرے گستان دے وچ تیرے دل کو امن دے در لگ گئے سرکار نے جواب دیتا پہلے علم عباس دا محل آئے والا علم والا گھر گھر لگ گئے رکھی دل وچ میں حب پہنچن دی اتا ہاتھ کیتے میں کو علم سندھیا دے گھر گھر تے علم سندھیا دے گھر گھر تے اجبال علی دلال اے بھی علی دلال ہے عقیدہ صحیح ہوگی بیمارے دربار تے مان دعا مانگ شفا یاب ہوگی بے اولاد ہیں صاحب اولاد ہوگی این آس میں ار پکرینا اے آسا پوریا کر دے تکھالے جھولیاں بھر دے سلوات پڑھوا قصیدہ تے باسیں پرانا قصیدہ حق دا خلیفہ دیکھو خالق بناوے تا لطف حق دا خلیفہ دیکھو خالق بناوے تا لطف حق دا خلیفہ حق دا خلیفہ اوہ دے جے کو خالق بناوے تعلق حق دا یا رسول اللہ حق دا خلیفہ اوہ دے کو خالق بناوے تعلق جیڑا نام علی توں منہ وٹاوے او اپنی ولادت دی چیکنگ ہن سوچ لو تے سمجھو ذاکر آپ گھڑی کھڑے ہو یہ پاک رسول دی حدیث ہے جیڑا نام علی توں منہ وٹاوے او اپنی ولادت دی چیکنگ جے کو پک ہے جے کو پک ہے جے کو پک ہے ماں دی شرافت دا باکر او ہاتھ جا کے نعرہ علی حق دا خلیفہ جیتو خالق بناوے تعلق فے حق دا خلیفہ جیتو خالق بناوے تعلق فے ہووے خلیفت کم نبی والے کر کے نکھاوے تعلق فے حق دا خلیفہ
ਖਲੀਫਾ ਉਕੁਮਨ ਖਲੀਫਾ ਉਕੁਮਨ ਜਿਹੜਾ ਮਨਸੂਸ ਹੈ ਮਿਨ ਅੱਲਾ ਹੋਏ ਇਮਾਮ ਉਕੁਮਨ ਬਾਦ ਰਸੂਲ ਦੇ ਬਣ ਤੇ ਬੈਠੇ ਖਲੀਫੇ ਕੁਝ ਸਵਾਲ ਕਰਨ ਆਵਿਆ ਅਸੀਂ ਸਾਡਾ ਮਸਲਾ ਹੈ ਤੇ ਖਲੀਫੇ ਸਾਹਿਬ ਆ ਕੇ ਮੈਂ ਘਰੋਂ ਥੀ ਆਵਾਂ ਦੋ ਔਰਤਾਂ ਆ ਗਈਆਂ ਦੋ ਔਰਤਾਂ ਖਲੀਫਾ ਦੋ ਨਾ ਨਹੀਂ ਜਾਣਾ ਛੇ ਮਹੀਨੇ ਦੋ ਔਰਤਾਂ ਆ ਗਈਆਂ ਇੱਕ ਆਖਣ ਲੱਗੀ ਇਹਦੀ ਧੀ ਇਹ ਮੇਰਾ ਪੁੱਤਰ ਬਈ ਆਖਣ ਲੱਗੀ ਨਹੀਂ ਇਹ ਮੇਰਾ ਪੁੱਤਰ ਇਹਦੀ ਧੀ ਹੈ ਹੁਣ ਖਲੀਫਾ ਸਾਹਿਬ ਕਿਵੇਂ ਫੈਸਲਾ ਕਰੇ ਖਲੀਫਾ ਸਾਹਿਬ ਨੂੰ ਸਕਰਾਤ ਲੱਗ ਗਵਾਹ ਭੁਗਤ ਗਏ ਵਜਣ ਲੱਗੀਆਂ ਜਨਾਬ ਸਲਮਾਨ ਬੈਠਿਆ ਦੇ ਕੇ ਆਦਨ ਮਾਈਆਂ ਖੜ ਵਜੋ ਮੈਂ ਹੱਕ ਦੇ ਖਲੀਫੇ ਨੂੰ ਲਈ ਆਵਾਂ ਜਨਾਬ ਅਮੀਰ ਆ ਗਏ ਜਾਣਦੇ ਆ ਇਮਾਮਨ ਜਨਾਬ ਨੇ ਫਰਮਾਇਆ ਇਹਨਾਂ ਔਰਤਾਂ ਦਾ ਖੀਰ ਸ਼ੀਸ਼ੀਆਂ 'ਚ ਗਿਣੋ ਹਮ ਵਜ਼ਨ ਸ਼ੀਸ਼ੀਆਂ ਦੇ ਥੰਜੂ ਥੰਜ ਇਹਨਾਂ ਦੀ ਗਿਣੋ ਆ ਗਿਆ ਖੀਰ ਜਨਾਬ ਨੇ ਤਰਾਜ਼ੂ ਮੰਗਾਇਆ ਜਨਾਬ ਨੇ ਫਰਮਾਇਆ ਜਿਹਦਾ ਖੀਰ ਭਰ ਹੈ ਉਹਦਾ ਪੁੱਤਰ ਹੈ ਇਹ ਵਕਤ ਤਾਂ ਹੀ ਦਵਾ ਦੇ ਕਹਿੰਦੇ ਯਾ ਅਲੀ ਤੂੰ ਨਾ ਹੋਵੇਂ ਆਸਾਂ ਹੱਕ ਦਾ ਖਲੀਫਾ ਹੋਵੇ ਨੂਰੀ ਨੂਰੀ ਹੋਵੇ ਹੱਕ ਦਾ ਖਲੀਫਾ ਹੋਵੇ ਨੂਰੀ ਹਰ ਇੱਕ ਰਿਜਸ ਤੂੰ ਹੋਵੇ ਸਦੂਰੀ ਤਰਦੇ ਨਬੂਵਤ ਹੋਵੇ ਸਪੂਰੇ ਤਰਦੇ ਨਬੂਵਤ ਹੋਵੇ ਸਪੂਰੇ ਤਰਦੇ ਨਬੂਵਤ ਹੋਵੇ ਸਪੂਰੇ ਰੱਬ ਕਨੂ ਹੋਵੇ ਸਮਨ ਜ਼ੋਰੇ ਰੱਬ ਕਨੂ ਹੋਵੇ ਸਮਨ ਜ਼ੋਰੇ ਹੱਕ ਦਾ ਖਲੀਫਾ ਹੋਂਦਾ ਲੱਥਾ ਸ਼ਮਸ ਵਲਾਵੇ ਤਾਲੁਤ ਹੱਕ ਦਾ ਖਲੀਫਾ ਹੋਂਦਾ ਲੱਥਾ ਸ਼ਮਸ ਵਲਾਵੇ ਸ਼ਮਸ ਵਾਲਾ ਕੇ ਨਮਾਜ਼ ਖੁਦਾ ਦੀ ਪੜ੍ਹ ਕੇ ਲਿਖਾਵੇ ਤਾਲੁ ਤੁਫੇ ਇਹ ਹੁੰਦਾ ਹੀ ਹੱਕ ਦਾ ਖਲੀਫਾ ਬਿਸਮਿਲ੍ਲਾਹ ਅੱਲਾ ਦੀ ਤਰਫੋਂ ਨਬੀ ਆਉਂਦੇ ਰਹਿਣ ਕਿਨਾਂ ਨਬੀਆਂ ਕੋ ਸਵਾਰੀਆਂ ਮਿਲਦੀਆਂ ਰਹੀਆਂ ਸਵਾਰੀਆਂ ਜਿਵੇਂ ਜਿਵੇਂ ਦਰਜਾ ਹਾਈ ਉਵੇਂ ਸਵਾਰੀ ਜੋ ਕਾਰਿੰਦੇ ਭੇਜੇ ਬਾਰੀ ਬਾਰੀ ਤਾਲਾ ਜੋ ਕਾਰਿੰਦੇ ਭੇਜੇ ਬਾਰੀ ਹਰ ਕੋ ਕੀਤੀ ਦਾਨ ਸਵਾਰੀ ਕਹੀਂ ਨਬੀ ਕੋ ਛਾਇਆ ਸ਼ੁਤਰਹਾ ਉਠ ਨਬੀ ਕੋ ਛਾਇਆ ਸ਼ੁਤਰਹਾ ਕਹੀਂ ਨਬੀ ਕੋ ਛਾਇਆ ਸ਼ੁਤਰਹਾ ਕਹੀਂ ਨਬੀ ਕੋ ਛਾਇਆ ਬਸ਼ਰਹਾ ਕਹੀਂ ਨਬੀ ਕੋ ਛਾਇਆ ਬਸ਼ਰਹਾ ਹੱਕ ਦਾ ਖਲੀਫਾ ਓਹ ਜੇ ਤੂੰ ਅਹਿਮਦ ਚਾਵੇ ਤਾਂ ਲੁੱਤ ਫੇ ਹੱਕ ਦਾ ਖਲੀਫਾ ਓਹ ਜੇ ਤੂੰ ਅਹਿਮਦ ਚਾਵੇ ਤਾਂ ਲੁੱਤ ਫੇ ਅਹਿਮਦ ਚਾਵੇ ਤਾਂ ਲੁੱਤ ਫੇ ਜਿਬਰੀਲ ਲਹਾਵੇ ਤਾਂ ਲੁੱਤ ਫੇ ਇਹ ਹੁੰਦਾ ਹੀ ਹੱਕ ਦਾ ਖਲੀਫਾ ਮੌਲਾ ਵਸਰ ਸਲਵਾਤ ਪੜਵਾ ਕਦੀ ਰਾਤ ਤੇ ਆਖਰੀ ਮਿਸਰਾ ਜੀ ਹੈ ਉਹ ਕਿਹੜਾ ਉਹਦੇ ਸਾ ਕੁਆਨ ਦਾ ਹੀ ਕੋਈ ਨਹੀਂ ਮੈਂ ਅੱਜ ਪਿਆ ਕਰਦਾ ਆਖਰੀ ਮਿਸਰਾ ਆਖਰੀ ਮਿਸਰਾ ਜੰਗ ਖੈਬਰ 39 ਦਿਨ ਜੰਗ ਹੁੰਦੀ ਰਹੀ ਤੇ ਕਿਲ੍ਹਾ ਖੈਬਰ ਫਤਿਹ ਨਾ ਹੋਇਆ ਫੌਜ ਰਸੂਲ ਅਰਜ਼ ਕਰੇਗੀ ਯਾ ਰਸੂਲ ਅੱਲਾ ਤੁਸਾਂ ਫਰਮਾਇਆ ਆਈ
40 ਦਿਨ ਦੇ ਅੰਦਰ ਖੈਬਰ ਫਤਿਹ ਹੋਵੇ ਸੀ, ਇਹ 39 ਦਿਨ ਗੁਜ਼ਰ ਗਈ ਹੈ, ਬਾਕੀ ਰਹਿੰਦਾ ਇੱਕ ਦਿਨ। ਅਸਾਂ ਇੱਕ ਦਿਨ ਦੇ ਵਿੱਚ ਕਿਆ ਕਰੇ? ਫੌਜ ਆਖਿਆ, ਜਨਾਬ ਨੇ ਫਰਮਾਇਆ ਕਿ ਲੜਵਾ ਤੇ ਮਰੋਆ, ਸਲਵਾਤ ਪੜਵਾ ਕਦੇ ਦਾਤ ਤੇ। ਅੱਲਾਹ ਅਕਬਰ, ਜਨਾਬ ਨੇ ਫਰਮਾਇਆ ਤੁਸਾਂ ਜੋ ਮੇਰੀ ਫੌਜ ਹੋ, ਕੋਈ ਮਸ਼ਵਰਾ ਦਿਓ, ਕੋਈ ਸਲਾਹ ਦਿਓ। ਬਾਕੀ ਰਹਿੰਦਾ ਆਖਣ ਲੱਗੇ ਸੀ ਤੁਸਾਂ ਹਮੇਸ਼ਾ ਅਲੀ ਦੀ ਬਣੇਂਦੇ। ਸ਼ੁਕਰ ਅਲੀ ਇਬਨ ਅਬੀ ਤਾਲਿਬ ਨਾਲ ਕੋਈ ਨਹੀਂ, ਅੱਜ ਸਾਡਾ ਮਸ਼ਵਰਾ ਵੀ ਮੰਨੇ ਸੋ, ਸਾਡੀ ਸਲਾਹ ਵੀ ਮੰਨੇ ਸੋ। ਜਨਾਬ ਨੇ ਫਰਮਾਇਆ ਦੱਸੋ ਕਿਹੜਾ ਮਸ਼ਵਰਾ ਹੈ, ਕਿਹੜੀ ਸਲਾਹ ਹੈ? ਆਖਣ ਲੱਗੇ ਸੀ ਸਾਡਾ ਮਸ਼ਵਰਾ, ਸਾਡੀ ਸਲਾਹ ਤਾਂ ਇਹ ਹੈ, ਇਹ ਖੈਮੇ ਇਹ ਸ਼ਾਮੀਆਂ ਨੇ ਖੜੇ ਰਹਿਣ ਰਾਤੀ। ਕਿਹੜੀ ਸੋਹਣੀ ਸਲਾਹ ਦਿੱਤੀ, ਚੰਗੀ ਸਲਾਹ ਦੇ ਬੜਾ ਲਿਕਾਈ ਕਾਈ ਹੁੰਦੇ। ਅੱਲਾ ਦਾ ਹੁਕਮ ਹੋਇਆ ਜਿਬਰਾਈਲ, ਜੀ ਰੱਬੇ ਜਲੀਲ, ਬਣ ਕੇ ਮੇਰੇ ਮਹਬੂਬ ਹਬੀਬ ਕੋ ਆਖ ਦੇ ਆਪਣੀ ਫੌਜ ਦੇ ਵਿੱਚ, ਐਲਾਨ ਕਰ ਦੇ ਕੱਲ ਮੈਂ ਉਕੂ ਅਲਮ ਦੇ ਸਾਂ, ਜਿਹੜਾ ਮਰਦੋ ਮਰਦੋ ਕਰਾਰੋ ਸੀ, ਗੈਰੇ ਫਰਾਰੋ ਮਰਦੋ ਸੀ ਮਰਦ। ਇਹ ਅਸੀਂ ਗੱਲ ਕੀਤੀ ਹੈ ਬਾਬੇ ਮਰਹੂਮ ਅੱਗੋਂ ਬੈਠਾ ਹੈ ਮੋਮਿਨ ਦੇ ਨਾ ਦਵਾਰ ਸਾਈਂ, ਉਹ ਜਿਹੜੇ 39 ਦਿਨ ਲੜਦੇ ਰਹੇ ਮਰਦ ਨਾਲ। ਬਾਬੇ ਫਰਮਾਇਆ ਨਾ ਮਰਦਨ ਨਾ ਔਰਤਾਂ, ਦਰਮਿਆਨ ਤਬਕਾ। ਅੱਲਾ ਦਾ ਹੁਕਮ ਹੋਇਆ ਮੇਰਾ ਮਾਬੂ ਮੇਰੇ ਸ਼ੇਰ ਅਲੀ ਕੋ ਸੱਦ, ਅਲੀ ਦੇ ਹੱਥੇ ਅਸਾਂ ਖੈਬਰ ਦੀ ਫਤਿਹ ਰੱਖੀ। ਚਲੀ ਮੇਰੀ ਉੱਚੀ ਜਾਤ ਵਿੱਚ ਸਵਾਰ ਹੋ ਕੇ ਹਸਨੈਨ ਦਾ ਨਾਂ ਨਾ ਆਪਣੇ ਫਿਰਾ ਅਲੀ ਕੋ ਸੱਦਿਆ। ਖੈਬਰ ਵਾਲੇ ਕੈਂਪ ਵਿੱਚੋਂ ਕੀਤਾ ਸਰਵਰ ਟੈਲੀਫੋਨ, ਇਮਰਾਨ ਦਾ ਚੰਨ ਹੁਣ ਜਲਦੀ ਆ, ਮੈਡਾ ਥੀ ਗਈ ਖਤਮ ਸਕੂਨ, ਮੈਡੇ ਹਰ ਫੁਰਤੀਲੇ ਫੌਜੀ ਦਾ ਸ਼ਹਿਰ ਅੱਗ ਵਿੱਚ ਸੁੱਕ ਗਿਆ, ਹੁਣ ਜਲਦੀ ਆ ਕਰ ਮਦਦ ਮੈਡੀ, ਰਾਸਾਂ ਹਸ਼ਰ ਤੁਣੀ ਮਮਨੂ। ਪਰ ਸਰਕਾਰ ਇਹ ਵੀ ਐਲਾਨ ਕੀਤਾ, ਉਹ ਮੇਰੀ ਫੌਜ ਜਿਹੜਾ ਮੈਂ ਕੁਫਿਰਾ ਅਲੀ ਦੇ ਆਮਦ ਦੀ ਪਹਿਲੇ ਇਤਲਾਹ ਦੇ ਸੀ, ਇਥਾਈ ਜੰਨਤ ਲਿਖਦੇ ਸਾਂ, ਇਥਾਈ ਸਾਰੇ ਫੌਜੀ ਇੱਕ ਵਾਕੂ ਦੇਖ ਕੇ ਸਫਾ ਖੈਬਰ ਤਾਂ ਨਹੀਂ ਫਤਿਹ ਕਰ ਸਕੇ, ਜੰਨਤ ਤਾਂ ਕਿਨੂੰ। ਸਾਰੇ ਫੌਜੀ ਮਦੀਨੇ ਦੇ ਰਾਹ ਦੇਖਣ ਲੱਗੇ, ਜਨਾਬ ਸਲੇਮਾਨ ਸਾਹਿਬ ਇਮਾਨ 363 ਸਾਲ ਦੀ ਉਮਰਾਂ, ਇਹ ਆਬਰੂ ਲਟਕੇ ਹੋਇਆ, ਇਹ ਆਬਰੂ ਚਾਹ ਕੇ ਆਸਮਾਨ ਦੇ ਤੱਕ ਫੌਜੀ ਦੇਖਿਆ ਦਿਨ ਸਲੇਮਾਨ ਅਲੀ ਇਬਨ ਅਬੀ ਤਾਲਿਬ ਮਦੀਨੋਂ ਆਉਣਾ, ਤੂੰ ਆਸਮਾਨ ਦੇ ਦੇਖਣਾ। ਜਨਾਬ ਸਲੇਮਾਨ ਫਰਮਾਇਆ ਤੁਸਾਂ ਸਾਰੇ ਕਮਲਿਓ, ਇਹ ਜਿਹੜੇ ਪਾਸੋ ਦੇ ਰੂਹ ਮਾਸੀ, ਇਹ ਜਿਹੜੇ ਪਾਸੋ ਦੇ ਰੂਹ ਮਾਸੀ। ਜਨਾਬ ਸਲੇਮਾਨ ਦੀ ਦੀਦ ਪਈ ਹੈ ਹਜ਼ਰਤ ਅਲੀ ਅਲੈਹ ਸਲਾਮ ਦਾ ਘੋੜਾ ਹਵਾ ਦੇ ਵਿੱਚ ਪਰਵਾਜ ਕਰੇ, ਨਾ ਤੁਰਾ ਨਾਲ ਫਲਕ ਦੇ ਲੱਗਦਾ। ਕਰ ਖਤਮ ਮਨਾਜ਼ਿਲ ਅਰਸ਼ਾਂ ਦੀ ਲੱਥਾ, ਖੈਬਰ ਆਣ ਤਿਆਰਾ, ਪੈ ਹਲ ਚੱਲ ਗਈ ਮੈਦਾਨ ਦੇ ਵਿੱਚ, ਜਦੋਂ ਚਮਕਿਆ ਆਣ ਸਿਤਾਰਾ, ਚੁੰਮ ਕਦਮ ਨਬੀ ਦੇ ਖੈਬਰ ਵਿੱਚ ਸਲੇਮਾਨ ਨੇ ਮਾਰਿਆ ਨਾਰਾ, ਉੱਠੀ ਇਸਤਕਬਾਲ ਫਿਰਾਦਾ ਕਰ, ਹੁਣ ਟਲ ਗਿਆ ਹੈ ਦੁੱਖ, ਬਸ। ਜਨਾਬ ਅਮੀਰ ਆ ਗਏ, ਆ ਕੇ ਹਜ਼ੂਰ ਦਾ ਸਲਾਮ ਕੀਤਾ, ਯਾ ਰਸੂਲੁੱਲਾਹ ਗੁਲਾਮ ਦਾ ਸਲਾਮ। ਮੇਰੇ ਆਕਾ ਨੇ ਸਲਾਮ ਦਾ ਜਵਾਬ ਦਿੱਤਾ, ਹਜ਼ਰਤ ਅਲੀ ਅਲੈਹਿਸ ਸਲਾਮ ਅਰਜ਼ ਕਰੇ, ਯਾ ਰਸੂਲੁੱਲਾਹ ਹੁਕਮ ਹੋਵੇ ਮੈਂ ਪਹਿਲੇ ਖੈਬਰ ਫਤਿਹ ਕੀਤੀ ਜਾਵਾਂ ਅਤੇ ਵਾਲਾ ਸਾਹੀ ਕੱਢਾਂ। ਜਨਾਬ ਨੇ ਦੁਆ ਕੀਤੀ ਕਿ ਲੈ ਖੈਬਰ ਤੇ ਪੋਤੇ, ਪਰ ਮਿਸਰਾ ਸੁਣੋ, ਸੁਣਾਵਾ ਨਾ।
ਇੱਕ ਹੱਥ ਵਿੱਚ ਖੈਬਰ ਦਾ ਦਰਹਾ, ਇੱਕ ਹੱਥ ਵਿੱਚ ਖੈਬਰ ਦਾ ਦਰਹਾ, ਇੱਕ ਹੱਥ ਵਿੱਚ ਖੈਬਰ ਦਾ ਦਰਹਾ, ਬਾਏ ਹੱਥ ਵਿੱਚ ਮਰਹਬ ਦਾ ਸਰਹਾ, ਬਾਏ ਹੱਥ ਵਿੱਚ ਮਰਹਬ ਦਾ ਸਰਹਾ, ਬਾਏ ਹੱਥ ਵਿੱਚ ਮਰਹਬ ਦਾ ਸਰਹਾ, ਉਹ ਦਰ ਖੈਬਰ ਦਾ ਤਰਫ ਹਵਾ ਦੇ ਦਰ ਪਟਕੇ ਭੁਕਾਵੇ ਤਾਲਤ ਹੱਕ ਦਾ ਖਲੀਫਾ, ਤਾਕ ਭੁਕਾਵੇ ਖੰਗੋਲ ਘਿਨਾਵੇ ਤਾਲਤ ਫੇ ਬਿਸਮਿਲ੍ਲਾ ਫਿਰ ਵੀ ਸਲਵਾਤ ਪੜਵਾ ਖਦੀਦਾਤ ਤੇ ਅੱਲਾਹ ਨਾਰਾ ਵੈਲੀ ਦੇ ਨਾਮ ਦਾ ਸਲਵਾਤ ਪੜਵਾ ਖਦੀ ਦਾਤ ਤੇ ਕਉ ਨੈਨ ਤਮਾਮੀ ਇੱਕ ਪਾਸੇ, 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 ਕਉ ਨੈਨ ਇਹ ਬਜ਼ੁਰਗਾਂ ਦਾ ਲਿਖਿਆ ਹੋਇਆ ਅੱਜ ਕੱਲ੍ਹ ਦੇ ਸ਼ਹਿਰਾਂ ਦਾ ਨਹੀਂ, ਅੱਜ ਕੱਲ੍ਹ ਦੇ ਸ਼ਹਿਰ ਜਿਹੜੇ ਕਸੀਦੇ ਲਿਖਦੇ ਨੇ ਇੱਕ ਮਜਲਿਸ ਵਿੱਚ ਬਜ਼ੁਰਗ ਦੂਜੇ ਸੁਣਦਾ ਹੀ ਕੋਈ ਨਹੀਂ, ਇਹ 50 ਸਾਲ ਪਹਿਲੇ ਲਿਖਿਆ ਹੋਇਆ ਕਸੀਦਾ। ਪਹਿਲੇ 2 ਰਕਾਤ ਨਮਾਜ਼ ਪੜ੍ਹੇ ਨਾ, ਬਸ ਦੁਆ ਮੰਗੇ ਨਾ, ਮੇਰਾ ਮਾਲਿਕ ਅਸਾਂ ਮੈਂ ਤੇਰੇ ਪਿਆਰਿਆਂ ਦੀ ਸਨਾਹ ਲਿਖਦਾ ਪਈ ਆ, ਤੂੰ ਬਰਕਤ ਪਾ। ਇਹ ਉਹਨਾਂ ਦਾ ਕਸੀਦਾ। ਕਉ ਨੈਨ ਤਮਾਮੀ ਇੱਕ ਪਾਸੇ, 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 ਕਉ ਨੈਨ ਤਮਾਮੀ ਤਵਜੋ ਇੱਕ ਪਾਸੇ, ਭਾਂਜੇ ਤਨ ਦਾ ਘਰਾਨਾ ਇੱਕ ਪਾਸੇ, ਭਾਂਜੇ ਤਨ ਦਾ ਘਰਾਨਾ ਇੱਕ ਪਾਸੇ, ਕਉ ਨੈਨ ਤਮਾਮੀ ਇੱਕ ਪਾਸੇ, ਕਉ ਨੈਨ ਤਮਾਮੀ ਇੱਕ ਪਾਸੇ, ਭਾਂਜੇ ਤਨ ਦਾ ਘਰਾਨਾ ਇੱਕ ਪਾਸੇ, ਬੈ ਬੁਰਸਲ ਸਾਰੇ ਇੱਕ ਪਾਸੇ, ਬੈ ਬੁਰਸਲ ਸਾਰੇ ਇੱਕ ਪਾਸੇ, ਹਸਨ ਨੈਨ ਦਾ ਨਾਨਾ ਇੱਕ ਪਾਸੇ, ਸੁਭਾਨ ਮਾਲਾ ਬਾਦ ਰੱਖੇ ਸਲਵਾਤ ਪੜਵਾ ਕਦੀ ਰਾਤ ਤੇ। ਮੈਂ ਅਰਜ਼ ਪਿਆ ਕਰੇ ਨਾ, ਕੋਈ ਆਦਮ ਕੋਈ ਨਜੀ ਬਣਿਆ, ਕੋਈ ਮੂਸਾ ਤੇ ਕੋਈ ਮਸੀਹ ਬਣਿਆ, ਕੋਈ ਆਦਮ ਕੋਈ ਨਜੀ ਬਣਿਆ, ਕੋਈ ਮੂਸਾ ਤੇ ਕੋਈ ਮਸੀਹ ਬਣਿਆ, ਹਰ ਇੱਕ ਦੀ ਜ਼ਿਆਰਤ ਇੱਕ ਪਾਸੇ, ਹਰ ਇੱਕ ਦੀ ਜ਼ਿਆਰਤ ਇੱਕ ਪਾਸੇ, ਇੰਦਾ ਅਰਸ਼ ਤੇ ਵੰਜਣਾ ਇੱਕ ਪਾਸ, ਇੰਦਾ ਅਰਸ਼ ਤੇ ਵੰਜਣਾ ਇੱਕ ਪਾਸੇ। ਨਾਰਾ ਵੈਲੀ ਦੇ ਨਾਮ ਦਾ, ਜਿਹੜਾ ਜਿਹੜਾ ਅਸੀਂ ਦਰਵਾਜ਼ੇ ਤੇ ਆਇਆ, ਸਾਈਆਂ ਪਾਕਾਂ ਕਿਆ ਰੰਗ ਲਾਇਆ। ਆ ਮੈਂ ਤੇ ਕੁ ਸੁਣਾ ਵਾ, ਮੈਡੇ ਸ਼ਾਹ ਦੇ ਗੁਲਾਮੀ ਦਾ ਈਓ ਅਸਰ ਕਸੀਮ ਕਰੇ ਦਿਲ ਜਨਤ ਦੇ ਘਰ, ਮੈਡੇ ਸ਼ਾਹ ਦੇ ਗੁਲਾਮੀ ਦਾ ਈਓ ਅਸਰ ਕਸੀਮ ਕਰੇ ਦਿਲ ਜਨਤ ਦੇ ਘਰ, ਮੈਡੇ ਸ਼ਾਹ ਦੇ ਗੁਲਾਮੀ ਦਾ ਈਓ ਅਸਰ ਕਸੀਮ ਕਰੇ ਦਿਲ ਜਨਤ ਦੇ ਘਰ, ਦੁਨੀਆ ਦੇ ਸਿਆਣੇ ਇੱਕ ਪਾਸੇ, ਦੁਨੀਆ ਦੇ ਸਿਆਣੇ ਇੱਕ ਪਾਸੇ, ਬਹਾਲੋਲ ਦੀਵਾਨਾ ਇੱਕ ਪਾਸੇ, ਨਾਰਾ ਵੈਲੀ ਦੇ ਨਾਮ ਦਾ, ਸਲਵਾਤ ਪੜਵਾ ਕਦੇ ਦਾਤ। ਇੱਕ ਦਿਨ ਬਹਿਲੋਲ ਸੇ ਕਹਾ ਇੱਕ ਨਾਮ ਮੁਰਾਦ ਭਾਈ ਨੇ, ਵਹਾਂ ਕੀ ਚੀਜ਼ ਯਹਾਂ ਬੇਚੋ ਯੇ ਕਾਇਦਾ ਕਿਆ ਹੈ। ਬਹਿਲੋਲ ਨੇ ਕਹਾ ਅਗਰ ਇਤਨਾ ਅਖਤਿਆਰ ਨਾ ਹੋ, ਦਰੇ ਬਤੂਲ ਪੇ ਝੁਕਨੇ ਕਾ ਫਾਇਦਾ,
ਦੋਲੇ ਯਾਦ ਸਿਆਣੇ ਅਸਾਂ ਬੜੇ ਗੁਨਾਹਗਾਰ ਬੜੇ ਖਤਾਕਾਰ ਸਾਡੇ ਪੀਰ ਲਾਜਪਾਲ ਗੁਜ਼ਰੇ ਯਾਦ ਨਹੀਂ ਦਿਵੇ ਹੈ ਬਰੋਦੇ ਹਾਸ਼ਰ ਹਮਾਰੇ ਐਬ ਗਿਣ ਗਿਣ ਕੇ ਵੋ ਕਿਆ ਲੇਂਗੇ ਬਰੋਦੇ ਹਾਸ਼ਰ ਹਮਾਰੇ ਐਬ ਗਿਣ ਗਿਣ ਕੇ ਵੋ ਕਿਆ ਲੇਂਗੇ ਬੜੀ ਹੱਦ ਹੈ ਕਿ ਜੰਨਤ ਸੇ ਹਮੇ ਪੀਛੇ ਹਟਾ ਲੇਂਗੇ ਫਰਿਸ਼ਤੋਂ ਨੇ ਅਗਰ ਜੰਨਤ ਮੇ ਨਾ ਜਾਣੇ ਦਿਆ ਆਰਿਫ ਤੋ ਹਮ ਬਹਿਲੋਲ ਸੇ ਕਹਿ ਕਰ ਨਈ ਜੰਨਤ ਦੁਨੀਆ ਦੇ ਸਿਆਣੇ ਇੱਕ ਪਾਸੇ ਦੁਨੀਆ ਦੇ ਸਿਆਣੇ ਇੱਕ ਪਾਸ ਬਹਿਲੋਲ ਦੀਵਾਨਾ ਇੱਕ ਪਾਸੇ ਸਲਵਾਤ ਪੜਵਾ ਕਰੀ ਰਾਤ ਤੇ ਹੁਣ ਆਖਰੀ ਮਿਸਰਾ ਬੜੇ ਸਮਝਦਾਰ ਮੂਮਿਨ ਬੈਠੇ ਹੋ ਜੱਡਾ ਸਰਵਰ ਘਰ ਚ ਆਇਆ ਸਭ ਕਾਫਰਾ ਸ਼ੋਰ ਮਚਾਇਆ ਜੱਡਾ ਸਰਵਰ ਘਰ ਚ ਆਇਆ ਸਭ ਕਾਫਰਾ ਸ਼ੋਰ ਮਚਾਇਆ ਜੱਡਾ ਸਰਵਰ ਘਰ ਚ ਆਇਆ ਸਭ ਕਾਫਰਾ ਸ਼ੋਰ ਮਚਾਇਆ ਲਾ ਤਹਜ਼ਨ ਵਾਲੇ ਇੱਕ ਪਾਸ ਲਾ ਤਹਜ਼ਨ ਵਾਲੇ ਇੱਕ ਪਾਸ ਮੈਂ ਯਸ਼ਰੀ ਵਾਲੇ ਇੱਕ ਪਾਸ ਮੈਂ ਯਸ਼ਰੀ ਵਾਲੇ ਇੱਕ ਪਾਸ ਨਾਰਾਇ ਅਲੀ ਦੇ ਨਾਮ ਦਾ ਸਲਵਾਤ ਪੜਵਾ ਕਦੀ ਦਾਤ ਤੇ ਬਸ ਸ਼ਾਹ ਸਾਹਿਬ ਆ ਗਏ ਹਾਂ ਥੋੜ੍ਹੇ ਜਿਹਾ ਦੇਖ ਰਹੇ ਮੈਂ ਸਾਹਿਬ ਸਜਾਦ ਦੀ ਉਹ ਗਰਦਨ ਤੋਂ ਪੂਰੇ ਇੱਕ ਸਾਲ ਬਾਦ ਮਰ ਮਰ ਕੇ ਸ਼ਾਮ ਦੇ ਕੈਦ ਖਾਨੇ ਤੋਂ ਖਾਏ ਪਿਓ ਤੇ ਪੁੱਤ ਸ਼ਾਮ ਦੇ ਕੈਦ ਖਾਨੇ ਤੂੰ ਖੈ ਪਿਓ ਦੇ ਪੁੱਤਾ ਉਹ ਪਈ ਦੀਦ ਸਜਾਦ ਦੀ ਉਹ ਫੁੱਫੀਆਂ ਤੇ ਆਏ ਭੈਣ ਸਕੀ ਨਾ ਯਾਦ ਅੱਜ ਹੋਵੇ ਹਾਜ਼ਰ ਦਿਨ ਦੀ ਆਹੀ ਭਈ ਦੀਦ ਸਜਾਦ ਦੇ ਫੁੱਫੀਆਂ ਤੇ ਆਈ ਭੈਣ ਸਖੀ ਨਾਰੀਆਦ ਅੱਜ ਹੋਵੇ ਹਾ ਜਿਹੜੀ ਗਿਣਦੀ ਆਹੀ ਮੈਂ ਲਖਮਾ ਦੇ ਜਿਹੜੇ ਮਲੂਨ ਨੇ ਗੱਲ ਕੀਤੀ ਏ ਮੇਰੇ ਆਕਾ ਸੱਜਾਦ ਦੀ ਜ਼ਿਆਦਾ ਰਾਤ ਵੱਧ ਮੇਰੇ ਆਕਾ ਨੇ ਫਰਮਾਇਆ ਉਹ ਨਹੀਂ ਰਾਤ ਰੁਕਦੀ ਮੇਰੀਆਂ ਅੱਖੀਆਂ ਤੋਂ ਕਰ ਜ਼ਾਲਮ ਸ਼ਰਾ ਮਹਿਆ ਕਿਆ ਥੀ ਪਾਉਂਦਾ ਮੇਰੀ ਭੈਣ ਦੇ ਜਿੰਦੇ ਜਾ ਕਰਿਆ ਨਹੀਂ ਰਾਤ ਰੁਕਦੀ ਮੈਂ
ਅੱਖੀਆਂ ਚੋਂ ਕਰ ਜ਼ਾਲਮ ਸ਼ਰਮ ਹਯਾ ਹੈ ਕਿਆ ਥੇ ਪਾਉਂਦਾ ਮੈਨੀ ਭੈਣ ਦੇ ਜਿੰਦੇ ਜਾ ਕਰਿਆ ਕਰ ਮਰ ਗਈ ਮੇਰੀ ਭੈਣ ਮਾਸੂ ਮਾਂ ਪੁੱਛਦੀ ਮਰ ਗਈ ਕਟਾ ਮੈਂ ਸੋਵਤਾ ਜ਼ਾਲਮ ਦਾ ਵਾਦ ਆਉਂਦਾ ਸੈਯਦਾ ਇਹ ਤਖ਼ਤ ਈ ਇਹ ਰਾਜ ਈ ਮੈਂ ਕੋ ਮਾਫ਼ੀ ਚੱਲੇ ਬਾਬੇ ਹੁਸੈਨ ਦਾ ਖੂਨ ਮਾਫ਼ ਚੱਕਰ ਜਿਹੜੇ ਮਲੂਮ ਨੇ ਗੱਲ ਕੀਤੀ ਮੇਰੇ ਆਕਾ ਨੇ ਫਰਮਾਇਆ ਐ ਬਦਬਖਤਾ ਈ ਤਖਤ ਉੱਤੇ ਕਿਵੇਂ ਆਬਿਦ ਕਦਮ ਟਿਕਾਵੇ ਈ ਤਖਤ ਅਗੂ ਨਿਰਵਾਰ ਦਿੱਤੇ ਮੈਨੀ ਫੁੱਫੇ ਦਾ ਬਹਾਇਆ ਈ ਤਖਤ ਅਗੂ ਨਿਰਵਾਰ ਦਿੱਤੇ ਮੈਨੀ ਫੁੱਫੇ ਦਾ ਤਖਤ ਦੀ ਤਲਵੀ ਪੌੜੀ ਤੇਰੀ ਅਸਮ ਦਾ ਚੰਨ ਦਹਰਾ ਹੈ ਤਖਤ ਬਖਤ ਕੋ ਛੋੜ ਆਇਆ ਵਿੱਚ ਜੰਗਲ ਕਰ ਵਿਬਲਾ ਮੇਰੇ ਆਕਾ ਦਾ ਵਾਦਾ ਨੇ ਹੈ ਕਿਤਨਾ ਸੰਗ ਦਿਲ ਐ ਨਾਰੀ ਮੈਨੇ ਅੱਲੇ ਹੋਏ ਜ਼ਖਮ ਦੁਖਾਏ ਨੀ ਪਿਆ ਦੁਨੀਆ ਦੂਨ ਦੇ ਮਾਲ ਦਿੰਦਾ ਮੇਰੇ ਮੋਇਆਂ ਦੇ ਮੁੱਲ ਪਏ ਸਰਦਾਰ ਰਈਸ ਅਨੀਸ ਹਯਾ ਦੇ ਚਾਵੇ ਦਰਬਾਰ ਰੁਲਾਏ ਨੀ ਨਹੀਂ ਹਸ਼ਰ ਤੁੜੀ ਵੱਲ ਵਸ ਸੰਗ ਦੇ ਮੇਰੇ ਇਹ ਜਿਹੇ ਘਰ ਉਜੜਾ ਪਿਆ ਮੇਰੇ ਪਾਕ ਮੌਲੇ ਨੇ ਫਰਮਾਇਆ ਕਿਵੇਂ ਖੂਨ ਇਮਾਮ ਜ਼ਮਾਨੇ ਦੀ ਦਿੱਤੇ ਜ਼ਾਲਿਮ ਚਿੱਟ ਚੜ ਬੋਲੀ ਹੀ ਵਾਜਿਬ ਜਿਨ ਸ਼ਰਾਫਤ ਦੀ ਚਾ ਨਾਲ ਬੇਸ਼ਰਮੀ ਤੋਲੀ ਅਰਮਾਨ ਹੈ ਬਦਲਾ ਈਂਦਾ ਤੈਂ ਹੈ ਸ਼ਾਹੀ ਸ਼ਾਮ ਦੀ ਗੋਲੀ ਕਸਮ ਖੁਦਾ ਹੈ ਕੁੱਲ ਮੁਮਕਿਨ ਇਹਦੇ ਵਾਲ ਦੀ ਕੀਮਤ ਤੋਂ ਸੁਣ ਕੇ ਗਾਲ ਯਜ਼ੀਦ ਦੀ ਕੁਮਾਇਆ ਵਿੱਚ ਜ਼ਿੰਦਾਨ ਬਿਮਾਰ ਏ ਫੁੱਫੀ ਅੰਮਾ ਕੈਦਾਂ ਛੁੱਟੀਆਂ ਕਰੋ ਪਰਦਾਦਾਰ ਸ਼ੁਮਾਰ ਏ ਸੈਣ ਫਰਮਾਇਆ ਤੂੰ ਜਾਣਦਾ ਬਚੜਾ ਜਿਹੜੇ ਬਚ ਗਏ ਪਰਦਾਦਾਰ ਮੰਜ ਆਖ ਯਜ਼ੀਦ ਕੋ ਪਏ ਆ ਦਿਨ ਕੈਦੀ ਸਭ ਉਤਰਾ ਮਹਮਲ ਦਰਗਾਹ ਤਿਰਵੰਜਾ ਚ ਉਤਰਾ ਮਹਮਲ ਉਹ ਮੈਂ ਸਦਕੇ ਵਜਾ ਮੇਰੀ ਪਾਕ ਸਰ ਦਾ ਆਵਾਜ਼ ਆਉਂਦਾ ਮੇਰਾ ਸੱਜਾਦ ਬਚੜਾ ਮੰਨ ਕੇ ਯਜ਼ੀਦ ਕੋ ਆਖ ਜੇਕਰ ਸਾਡੀਆਂ ਕੈਦਾਂ ਰਿਹਾ ਕਰਦਾ ਸਾਡੇ ਚੰਦ ਮਕਾਲ ਬਾਤ ਤਵੱਜੋ ਸਾਈਂ ਤਵੱਜੋ ਬਸ ਆਖਰੀ ਬੰਦ ਤੱਕ ਲੁੱਟ ਕਰ ਬਲਾ ਦੀ ਦੇਵੇ ਸਰ ਸ਼ਹੀਦਾਂ ਦੇ ਦੇਵੇ ਇੱਕ ਮਹਾਰੀ ਬਸ਼ੀਰ ਪੁੱਤਰ ਜਦਲਿਮ ਦਾ ਦੇਵੇ ਜਿਹੜਾ ਸੱਕ ਮੱਤਣ 'ਤੇ ਪਹੁੰਚਾਵੇ ਮੇਰਾ ਆਕਾ ਹੈ ਯਜ਼ੀਦ ਮੇਰੀ ਫੁੱਫੀ ਦਾ ਫਰਮਾਨ ਹੈ ਸੱਕ ਲੁੱਟ ਕਰ ਬਲਾ ਦੀ ਦੇ ਯਜ਼ੀਦ ਦਾ ਆਵਾਜ਼ ਆਉਂਦਾ ਸੈਯਦਾ ਲੁੱਟ ਕਰ ਬਲਾ ਦੀ ਯਾਦ ਹੈ ਕਿਹੜੀ ਕਿਹੜੀ ਚੀਜ਼ ਹੈ ਮੇਰੇ ਆਕਾ ਨੇ ਫਰਮਾਇਆ ਉਹ ਜ਼ਾਲਿਮਾ ਮੇਰੇ ਘਰ ਦੀਆਂ ਚੀਜ਼ਾਂ ਹਨ ਮੈਂ ਕੋਈ ਨਹੀਂ ਭੁੱਲਦੀ ਮੇਰੇ ਆਕਾ ਨੇ ਫਰਮਾਇਆ ਮਗਜ਼ਲ ਮਕਨਾ ਗੁੱਲੂ ਬੰਦ ਪਹਿਰਾਨ ਰਸੂਲ ਖੁਦਾ ਦਾ ਅਲਮ ਸ਼ਿਕਸਤਾ ਗਾਜ਼ੀ ਦਾ ਬੀ ਅਦਾਜ ਲੁਟਿਆ ਕੁਬਰਾ ਦਾ ਦਸਤਾਰ ਜ਼ਈਫ ਬਾਬੇ ਦੀ ਬੀ ਅਚੋਲਾ ਸਵੀਰ ਬਿਰਾ ਦਾ ਇਹ ਲੁੱਟ ਕਰ ਬਲ ਦੀ ਨੇ ਚਾ ਜ਼ਾਲਿਮ ਮਨ ਵਾਸਤਾ ਦਾਜ ਖੁਦਾ
ਦੱਸੋ ਸਲਾਮਤ ਰੱਖੇ।